ਦਾ ਪਲੇਅਰ ਹੈ, ਲਾਓ ਸਾਹਮਣੇ ਫੇਰ ਉਹੀ ਆ ਗਿਆ, ਉਹੀ ਆ ਗਿਆ ਥੰਮ ਜਿੱਡਾ ਜੱਟ ਮਾਝੇ ਦਾ ਮਧੈਲ, ਜਦੋਂ ਪਿੱਛੋਂ ਪੌਂਡੀ ਪਾਉਂਦੇ ਨੂੰ ਦੇਖੀਏ ਤੇ ਸੁਖਮਣ ਚੋਲੇ ਵਾਲੇ ਦਾ ਭੁਲੇਖਾ ਪਾਉਂਦਾ, ਪਰ ਅਲੀ ਅਲੀ ਮੌਲਾ ਕਰੇ ਭਲੀ ਜੱਫਾ ਜੱਫਾ ਜੱਫਾ। ਓ ਅਲੀ ਜਫਰ ਕਮੋ 45 ਅੱਡੇ ਵਾਲਾ ਬੱਲੇ ਬੱਲੇ ਕਰਵਾਉਂਦਾ ਹੋਇਆ, ਉਧਰ $100 ਦੇ ਮਾਣ ਦਿੱਤੇ ਜਾ ਰਹੇ ਆ ਪਲੇਅਰਾਂ ਨੂੰ ਇਹ ਜੱਫਿਆਂ ਤੇ। ਰੋਇਲ ਤਕੜਾ ਨੰਬਰ ਰਾਇਲ ਕਿੰਗ ਆਫ USA ਦੀ ਟੀਮ ਦੇ ਖਾਤੇ ਵਿੱਚ ਜੋੜ ਚੁੱਕਿਆ ਹੈ, ਸਿਰੇ ਦੀ ਟੀਮ ਤਿਆਰ ਕੀਤੀ ਹੈ। ਨੈਸ਼ਨਲ ਫੈਡਰੇਸ਼ਨ ਨੂੰ ਬਹੁਤ ਬਹੁਤ ਮੁਬਾਰਕ, ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕ, ਜਸ ਵਰਗਿਆਂ ਨੂੰ ਜਿਨ੍ਹਾਂ ਨੇ ਵੱਡੀ ਸੇਵਾ ਕੀਤੀ ਹੈ, ਸੁੱਖੇ ਮਾਨ ਨੂੰ ਵੱਡੀ ਮੁਬਾਰਕ ਜਿਹਦੀ ਵਧੀਆ ਟੀਮ ਬਣ ਕੇ ਸਰੈਲੀ ਹੈ। ਅਗਲੀ ਟੀਮ ਮੈਟਰੋ ਦੀ ਮੈਂ ਬੇਨਤੀ ਕਰਦਾ ਖੇਡਦੇ ਮੈਦਾਨ ਦੇ ਵਿੱਚ ਆ ਜਾਏ ਨਾਲ ਮੈਪਲ ਲੀਫ, ਪਰ ਅਲੀ ਅਲੀ ਫੇਰ ਹੁਣ ਪੰਕਜ ਨੂੰ ਡੱਕ ਪਾਊ ਕਿ ਨਹੀਂ ਡੱਕ ਪਾਊ, ਅੱਜ ਤਾਲੀ ਨੇ ਸਾਰੇ ਡੱਕਤੇ, ਸਾਰੇ ਡੱਕਤੇ ਆ ਮੁੰਡਾ ਤੇ ਜਦੋਂ ਵੀਡੀਓ ਪਾਉਂਦਾ ਟਿਕਟੋਕ ਤੇ ਉਹ ਚਟਾ ਜੀ ਕੇ ਹੋ ਜਾਂਦੇ ਹੈ, ਪਰ ਜਦੋਂ ਆ ਮੁੰਡੇ ਨੇ ਵੀਡੀਓ ਕੱਟ ਕੇ ਪੈਣੀ ਹੈ। ਛਾਲ ਮਾਰਦਾ ਕਿ ਲਾ ਕੇ ਜ਼ੋਰ ਪੱਟਾਂ ਨਾਲ ਮਾਰੀ ਜਦੋਂ ਛਾਲ ਅੱਖ ਦੀ ਝਪੱਕੇ ਨਾਲ ਕਮਾਲ ਜਿਹਾ ਹੋ ਗਿਆ। ਲਓ ਸਾਹਮਣੇ ਦੇਖੀਏ ਸੋਲਾਂ ਦਾ ਗਿਰਲਾਲ ਕਬੱਡੀ ਪਾਉਂਦਾ ਹੋਇਆ, ਹੁਣ ਤਿਆਰ ਬੜ ਤਿਆਰ ਨੇ, ਹੁਣ ਉਹ ਗੱਲ ਨੀ ਰਹਿ ਗਈ ਵੀ ਆਇਆ ਰੇਡਰ ਗਿਆ ਰੇਡਰ, ਹੁਣ ਉੱਥੇ ਰੇਡਰ ਤੇ ਉੱਥੇ ਰੇਡਰ, ਅਲੀ ਫੇਰ ਲਗਾਤਾਰ ਲਿਆ ਘੇਰ, ਅਲੀ ਫੇਰ ਮੁੰਡੇ ਦਾ ਖੁੱਲ ਕੇ ਪਿੰਡ ਦੱਸਦੇ ਪੱਟੀ, ਲੋ 41 ਜਿਗਦਿਆਂ 45 ਅੱਡਾ ਪਿੰਡ ਹੈ ਮੁੰਡੇ ਦਾ। ਅਲੀ ਜਫਰ ਕੰਬੋ ਪਾਕਿਸਤਾਨ ਏਅਰ ਫੋਰਸ ਦੇ ਵੱਲੋਂ ਖੇਡਦਾ ਹੈ, ਨਨਕਾਣਾ ਸਾਹਿਬ ਕਬੱਡੀ ਕੱਪ ਦਾ ਬੈਸਟ ਸਕੋਪਰ ਵੀ ਹੋਇਆ ਹੈ, ਲਾਲੇ ਜਾਬਰ ਕੰਬੋ ਦਾ ਭਰਾ ਹੈ, ਔਰ ਛੱਬੇ ਥਿਆਰੇ ਹੁਣਾਂ ਵੱਲੋਂ ਮਾਣ ਦਿੱਤੇ ਜਾ ਰਹੇ, ਔਰ ਆ ਮੁੰਡਾ ਸਰਦਾਰ ਅਬੂਬਕਰ ਲਗਾਤਾਰ ਲਵਪ੍ਰੀਤ ਸਿੰਘ ਜੀ ਬਰਿਆਰ, ਰਣਜੀਤ ਸਿੰਘ ਜੀ ਬਰਿਆਰ ਔਰ ਮਨਪ੍ਰੀਤ ਸਿੰਘ ਜੀ ਬਰਿਆਰ, ਇਹਨਾਂ ਦਾ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਦੇ ਹਾਂ। ਲਵ ਕੋਟ ਭਾਈ ਦੀ ਧਰਤੀ ਦਾ ਆਓ ਸਾਹਮਣੇ ਬੱਲੇ ਬੱਲੇ ਬੱਲੇ, ਅਲੀ ਨੇ ਆਉਂਦੇ ਹੀ ਪੁੱਛ ਲਿਆ ਜਿਵੇਂ ਗੇਂਦ ਬੁੱਚੀ ਦੀ ਹੈ, ਜਿਵੇਂ ਗੇਂਦ ਬੁੱਚੀ ਦੀ ਹੈ, ਇੱਕ ਪਾਸੇ ਵੇਖਦਾ ਫੈਸਲਾਬਾਦ ਵਾਲਾ ਤੇ ਦੂਜੇ ਪਾਸੇ ਗਿੱਦੜਵਾ ਹਲਕਾ ਮੁਕਤਸਰ ਸਾਹਿਬ ਵਾਲਾ, ਕਹਿੰਦਾ ਚੁੱਪ ਕਰਕੇ ਦੇਖ ਲਓ ਜੱਫੇ ਹਜੇ ਐਂ ਲੱਗਣੇ ਹੈ। 40-45 ਹਜ਼ਾਰ ਬਣ ਜਾਂਦਾ ਹੈ, ਲੈ ਚੜ੍ਹਦੇ ਪੰਜਾਬ ਕਿੰਨਾ ਬਣਦਾ ਜਰਾ ਦੱਸੀ ਭਰਾ, $200 ਦੇ $12,000 ਮਾਣ ਮਾਣ ਦਿੱਤੇ ਜਾਣੇ ਹੈ। ਲੋ 50,000 ਦਾ ਜੱਫਾ, ਉਹ ਜੱਫਾ ਜੱਫਾ ਜੱਫਾ, ਉਹ ਮੁੰਡਾ ਅਲੀ ਜਫਰ ਕੰਬੋ, ਚੁੱਪ ਕਹਿੰਦਾ ਅਗਲੇ ਮੇਲੇ ਦੇ ਵਿੱਚ ਬੱਲੇ ਦੇ ਸੁਭਾਅ ਦਾ ਮੁੰਡਾ ਹੈ ਸਰਦਾਰ ਅਬੂ ਬਕਰ ਡੋਗਰ, ਪਾਕਿਸਤਾਨ ਏਅਰ ਫੋਰਸ ਵੱਲੋਂ ਖੇਡਦਾ ਹੈ, 70 ਮਨਸੂਰਾਂ ਦਾ ਜੰਪਲ ਹੈ, 208 ਵੱਲੋਂ ਖੇਡਿਆ ਕਬੱਡੀ, ਆ ਗਿਆ ਬਬਲੂ, ਉਹ ਬਬਲੂ ਉਹ ਪਿੰਡੇ ਨੂੰ ਹੱਥ ਨਹੀਂ ਲਾਉਣ ਦਿੰਦਾ, ਇਹ ਮੁੰਡਾ ਪਿੰਡੇ ਨੂੰ ਹੱਥ ਨਹੀਂ ਲਾਉਣ ਦਿੰਦਾ। ਅਲੀ ਜਫਰ ਕੰਬੋ 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 ਵਾ, ਇਹਦੇ ਜਰਾ ਨੇੜੇ ਨੇੜੇ ਹੋ,
ਤਾਈਓ ਗੱਲ ਬਣਨੀ ਹੈ, ਤਾਈਓ ਗੱਲ ਬਣਨੀ ਹੈ, ਤਾਈਓ ਗੱਲ ਬਣਨੀ ਹੈ। ਧੜਕਾ 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 ਬੱਲੇ 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 ਹੋ ਵਾਹ 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 ਓ ਤਾੜੀ ਟਕਾ ਕੇ ਆਉਂਦੇ ਹੋ, ਇੱਕ ਵਾਰੀ ਲੈਂਦੇ ਤੇ ਚੜਦੇ ਪੰਜਾਬ ਦੇ ਨਾਂ ਦੇ ਤਾੜੀ ਜ਼ੋਰ ਨਾਲ। ਦੇਖਣ ਨੂੰ ਵੀ ਉਹੀ ਮਿਲਿਆ ਹੈ ਉਹ ਗੁਰੀਤ ਤਲੇਰ ਵਾਲਾ ਰੋਲਾ ਰੱਪਾ ਰੋਲਾ ਰੱਪਾ। ਉਹ ਇਹਦੀ ਰੇਡ ਤੇ ਰੋਲੇ ਪੈਂਦੇ ਆ ਤੇ ਸਾਹਮਣੇ ਅਲੀ ਜਫਰ ਅਲੀ ਬੁੜੈਚ ਬਾਸਤ ਜਵੇਦ ਬਾਸਾ ਬਾਸਾ ਬੱਲੇ 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 ਸਵਾਰ ਜੱਫਾ 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 ਸਿਰਾ ਜੱਫਾ 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 ਏ ਨੈਸ਼ਨਲ ਕਬੱਡੀ ਦਾ ਕਬੱਡੀ ਬੱਲੇ ਬੱਲੇ ਹੋਊਗੀ ਤੇ ਨਹੀਂ ਹੁੰਦੀ ਹੁਣ ਓ ਸੁਖਿਆ ਮਾਰ ਓ ਮੰਨ ਮੋੜਦਾ ਆ ਜਾ ਅਲੀ ਜਫਰ ਉਰਿਆ ਤੇਰੇ ਵਾਸਤੇ $200 ਸੁਖੇ ਮਾਨ ਵੱਲੋਂ ਪੰਜ ਸਰਕਣ ਜੀ ਇਸ਼ਾਰਾ ਕਰਦੇ ਵੀ ਮੱਜੀ ਗੁੱਜਰ ਦਾ ਧਾਮੀ ਸਾਹਿਬ ਮਾਰੋ ਵਿਸਲ ਤੇ ਪੰਕਜ ਬੇਰੀਵਾਲ ਟਿੱਕਰੀ ਬਾਰਡਰ ਦੇ ਲਾਗੇ। ਹਰਿਆਣੇ ਦੀ ਗੱਲ ਕਰੀਏ ਸਟਾਫ ਦੀ ਗੱਲ ਕਰੀਏ ਹਰਿਆਣਾ ਵੱਖ ਹੋਇਆ ਪੰਜਾਬ ਤੋਂ ਤੇਰੇ ਅੱਲੇ ਹੁਣੇ ਵੀ ਜਖਮ ਹੈ ਹਰਿਆਣਾ ਦੇ ਵੱਖ ਹੋਇਆ ਤਾਂ ਉਸ ਸਾਹਮਣੇ ਹੁਣ ਦੇਖਦੇ ਹਾਂ ਵੀ ਕੀ ਬਣਦਾ ਹੈ। ਇੱਕ ਪਾਸੇ ਚੀਨੀ ਹੈ ਬਲਾਲ ਹਸਨ ਗਿੱਲ ਹੈ ਪਰ ਦੂਜੇ ਪਾਸੇ ਆਹ ਮੁੰਡੇ ਦੀ ਖੇਡ ਦੇ ਉੱਪਰ ਆਹ ਮੁੰਡੇ ਦੀ ਖੇਡ ਦੇ ਉੱਪਰ ਆਹ ਮੁੰਡੇ ਦੀ ਖੇਡ ਦੇ ਉੱਪਰ ਸ਼ਬਾਜੀ ਅੱਜ ਡਾਲਰ ਵਰਤ ਗਏ ਆਹ ਮੁੰਡੇ ਦੀ ਖੇਡ ਦੇ ਉੱਪਰ ਜਿਹਨੇ ਲਗਾਤਾਰ ਬੜਾ ਟਫ ਮੁਕਾਬਲਾ ਰਿਹਾ ਬੀਜੇ ਲਵਾਉਣ ਦੇ ਚੱਕਰਾਂ ਦੇ ਵਿੱਚ। ਇੱਕ ਸਾਲ ਤੋਂ ਮਿਹਨਤ ਕਰ ਰਹੇ ਹੋ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਪਾਕਿਸਤਾਨ ਦੀ ਕਲੀਨ ਲੈ ਕੇ ਆਏ ਹੋ ਇਸ ਸਾਲ? ਦੇਖੋ ਜੀ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਜਿੰਨੀ ਆਪਣੇ ਪਾਕਿਸਤਾਨ ਦੀ ਗਵਰਨਮੈਂਟ ਆ ਜਿੰਨੀ ਉਹਨੇ ਸਾਡੀ ਮਦਦ ਕੀਤੀ ਹੈ ਇਹਦੇ ਵਿੱਚ ਇਹ ਟੀਮ ਤਾਂ ਪਹੁੰਚ ਗਈ ਇੱਥੇ ਨਾ ਮੈਂ ਕਿਸੇ ਖੇਡ ਮਿਨਿਸਟਰ ਦਾ ਨਹੀਂ ਲੈਣਾ ਪਰ ਉਹਨੇ ਬਹੁਤ ਮਦਦ ਕੀਤੀ ਆ ਉਹਨਾਂ ਕਰਕੇ ਟੀਮ ਇੱਥੇ ਖੇਡ ਰਹੀ ਆ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਜਿਹੜੀ ਕਹਿਣ ਵਾਲੀ ਮਿਨਿਸਟਰੀ ਆ ਉਹਨਾਂ ਦਾ ਵੀ ਧੰਨਵਾਦ ਉਹ ਤੋਂ ਬਗੈਰ ਵੀ ਇਹ ਕੰਮ ਹੋ ਸਕਦਾ। ਸੋ ਇਹ ਟੀਮ ਜਿਹੜੀ ਆ ਜਾਂ ਉਹਨੂੰ ਪਤਾ ਜਾਂ ਸਾਨੂੰ ਪਤਾ ਅਤੇ 12 ਮਹੀਨੇ ਦੇ ਵਿੱਚ ਇਹ ਟੀਮ ਇੱਥੇ ਪਹੁੰਚੀ ਆ ਜਿੱਦਣ ਦਾ ਆਪਾਂ ਇੱਥੇ ਕੱਪ ਖੇਡ ਕੇ ਗਏ ਹਾਂ ਉਸ ਤੋਂ ਬਾਅਦ ਬਲਾਲ ਗਿੱਲ ਰਾਣਾ ਆਦਿ ਸਾਰੇ ਮੁੰਡੇ ਮਿਹਨਤ ਕਰ ਰਹੇ ਇਕੱਠੇ। ਬਾਕੀ ਇਸ ਵੇਲੇ ਗੁਰੂ ਘਰ ਵਿੱਚ ਇੰਨੀ ਆਪਣੇ ਕਲੱਬ ਉੱਤੇ ਬਰਕਤ ਹੋਈ ਆ ਰੋਲ ਗੈਂਗ ਉੱਤੇ। ਬਾਕੀ ਜਿੰਨੇ ਕਲੱਬਾਂ ਵਿੱਚ ਮੁੰਡੇ ਸੀ ਉਹਨਾਂ ਨੂੰ ਚਾਂਸ ਮਿਲਿਆ ਉਹ ਇਕੱਠੇ ਹੋ ਕੇ ਉਹਨੇ ਰੋਲ ਗੈਂਗ ਬਣਾਈ ਆ। ਰੋਲ ਗੈਂਗ ਦਾ ਕਲੱਬ ਜਿਹੜਾ ਹੈਗਾ ਪਾਕਿਸਤਾਨੀ ਦਿਲਾਂ ਦੇ ਵਿੱਚ ਵੱਸ ਗਿਆ ਤਾਂ ਕਬੱਡੀ ਨੂੰ ਇੱਥੇ ਲੱਗ ਗਿਆ। ਥੈਂਕ ਯੂ ਸੋ ਮਚ ਭਾਈ ਤੁਸੀਂ ਗੱਲਬਾਤ ਕੀਤੀ ਆਪਣੀ ਟੀਮ ਤੋਂ ਖੁਸ਼ ਹਾਂ ਜਿਹੜੀ ਟੀਮ ਖੇਡੀ ਅੱਜ ਮੈਂ ਬਹੁਤ ਖੁਸ਼ ਹਾਂ। ਮੈਂ ਇਸ ਜਿੰਨੀ ਸੰਗਤ ਇਸ ਵੇਲੇ ਤੁਹਾਡੇ ਚੈਨਲ ਥਰੂ ਬਾਕੀ ਸਾਰੇ ਚੈਨਲ ਤੁਸੀਂ ਦੇਖ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਮੈਂ ਆਪਣੇ ਪਰਿਵਾਰ ਦਾ ਧੰਨਵਾਦ ਕਹਿਣਾ ਚਾਹੁੰਦਾ ਜਿਹਨਾਂ ਕਰਕੇ ਮੈਂ ਇੱਥੇ ਆ ਸਕਦਾ ਬਿਕੋਜ਼ ਮੇਰੇ ਦੋ ਬੇਟੇ ਹਰਮਨ ਦਾ ਜੂਨੀਅਰ ਮਾਈ ਵਾਈਫ ਬਿਚੇ ਮਾਈ ਮਾਮ ਡੈਡ ਉਹਨਾਂ ਤੋਂ ਬਗੈਰ ਪੰਜਾਂ ਦਿਨਾਂ ਤੋਂ ਬਾਅਦ ਤੁਸੀਂ ਵੈਨਕੂਵਰ ਸ਼ਹਿਰ ਟੋਰਾਂਟੋ ਪਹੁੰਚ ਨਹੀਂ ਸਕਦੇ। ਸੋ ਹਰੇਕ ਵੀਕੈਂਡ ਇੱਥੇ ਆਉਣਾ ਸੁੱਖੇ ਮਾਨ ਹੋਣਾ ਠੰਡ ਲਾ ਕੇ। ਸੋ ਬਾਕੀ ਤੁਹਾਡੇ ਨਾਲ ਤੁਹਾਡਾ ਬਹੁਤ ਭਾਜੀ ਸਾਡੀਆਂ ਗੱਲਬਾਤ ਕਰਨ ਲਈ ਅਤੇ ਜਫਰ ਆਪਣੇ ਅਲੀ ਕੰਬੋ ਜਫਰ ਅਲੀ ਕੰਬੋ ਮੇਰੇ ਨਾਲ ਆ
ਅਲੀ ਸਾਹਿਬ ਵੈਲਕਮ ਹੈ। ਪਹਿਲੀ ਗੱਲ ਤਾਂ ਕੈਨੇਡਾ ਦੇ ਵਿੱਚ ਪਹਿਲਾ ਹੀ ਮੈਚ ਖੇਡਿਆ ਤੁਸੀਂ, ਅੱਜ ਬੱਲੇ ਬੱਲੇ ਕਰਾਈ ਹੈ, ਐਕਸ਼ਨਾਂ ਦੀ ਮਸ਼ੀਨ ਮੈਂ ਤੁਹਾਨੂੰ ਕਹਿ ਸਕਦਾ। ਪਾਕਿਸਤਾਨ 'ਚ ਵੀ ਬੜੇ ਫੈਨ ਹੈ ਤੁਹਾਡੇ, ਅੱਜ ਜੋ ਪਾਕਿਸਤਾਨ 'ਚ ਮੈਂ ਦੇਖਦਾ ਹੁੰਦਾ ਸੀ ਉਹੀ ਤੁਸੀਂ ਅੱਜ ਗਰਾਊਂਡ 'ਚ ਦਿਖਾਇਆ, ਕਿਹੋ ਜਿਹਾ ਲੱਗਾ ਅੱਜ ਇਸ ਗਰਾਊਂਡ 'ਚ ਖੇਡ ਕੇ? ਤੇ ਬਹੁਤ ਅੱਛਾ ਲੱਗਾ ਭਾਜੀ ਉਹ ਕੰਟਰੀ ਆ ਕੇ, ਤੇ ਬਹੁਤ ਥੈਂਕ ਯੂ ਭਾਈ ਸ਼ਬਾ ਧਾਰਾ ਸਾਨੂੰ ਮੌਕਾ ਦਿੱਤਾ ਉਸ ਕੰਟਰੀ ਆ ਖੇਡਣ ਦਾ। ਪਹਿਲਾ ਵੀਜ਼ਾ ਮੇਰਾ ਭਾਜੀ ਕੈਨੇਡਾ ਲੱਗਾ ਤੇ ਬਹੁਤ ਖੁਸ਼ੀ ਹੋਈ, ਤੇ ਪਹਿਲਾ ਮੈਚ ਬੜਾ ਟਫ ਸੀ ਤੇ ਅੱਲਾਹ ਪਾਕ ਦੀ ਆਪਣੀ ਬੜੀ ਇੱਜ਼ਤ ਕੀਤੀ ਹੈ ਤੇ ਆਪਣੀ ਮਿਹਨਤ ਵੀ ਕੀਤੀ ਸੀ ਤੇ ਅੱਲਾਹ ਪਾਕ ਨੇ ਫੁੱਲ ਆਪਣੀ ਮਿਹਨਤ ਵੀ ਕੀਤੀ ਸੀ ਤੇ ਅੱਲਾਹ ਪਾਕ ਨੇ ਪਰਫਾਰਮੈਂਸ ਵੀ ਵਧੀਆ ਲਾਈ। ਅੱਛਾ ਜੀ, ਮੈਂ ਵੀ ਤੇਰਾ ਬਹੁਤ ਵੱਡਾ ਫੈਨ ਹਾਂ, ਤੇਰੇ ਐਕਸ਼ਨ ਮੈਨੂੰ ਬਹੁਤ ਚੰਗੇ ਲੱਗਦੇ ਆ, ਮੈਂ ਵੀ ਜਦੋਂ ਖੇਡਦਾ ਹੁੰਦਾ ਸੀ ਕੋਈ ਨਾ ਕੋਈ ਸਟਾਈਲ ਬਣਾਉਣਾ, ਤੁਹਾਡਾ ਸਟਾਈਲ ਵੀ ਬੜਾ ਵਧੀਆ ਗੁੱਤ ਰੱਖ ਕੇ ਖੇਡਦੇ ਹੋ, ਪਾਕਿਸਤਾਨ 'ਚ ਘੱਟ ਪਲੇਅਰ ਇੱਦਾਂ ਦੇ ਹੋਏ ਐਕਸ਼ਨ ਵਾਲੇ ਪਰ ਵਧੀਆ ਲੱਗਦੇ ਹੋ ਖੇਡਦੇ। ਅੱਛਾ, ਟਫ ਮੁਕਾਬਲਾ ਸੀ, ਬਹੁਤ ਟੌਪ ਦੇ ਰੇਡਰ ਸੀ ਤੁਹਾਡੇ ਮੋਹਰੇ, ਪਹਿਲਾਂ ਲੱਗਦਾ ਸੀ ਵੀ ਕੁਛ ਔਖਾ ਜਿਹਾ ਹੋਊਗਾ ਪਰ ਬਾਅਦ 'ਚ ਤੁਸੀਂ ਈਜ਼ੀ ਲੈ ਗਏ ਮੈਚ ਨੂੰ, ਕੋਈ ਪਲੈਨਿੰਗ ਸੀਗੀ? ਹੌਸਲਾ ਪੂਰਾ ਸੀ ਤੇ ਆਪਣੇ ਅੰਦਰ ਜਜ਼ਬਾ ਸੀ ਖੇਡਣ ਦਾ ਤੇ ਬਹੁਤ ਜਜ਼ਬਾ ਸੀ ਖੇਡਣ ਦਾ ਤੇ ਜਿਹੜੀ ਵਜ੍ਹਾ ਤੋਂ ਆਪਣੀ ਪਰਫਾਰਮੈਂਸ ਵਧੀਆ ਦਿੱਤੀ ਤੇ ਖੇਡਣ ਵਧੀਆ ਭਾਜੀ। ਅਲੀ ਕੋਸ਼ਵਾਨ ਤੁਹਾਡੇ ਕੌਣ ਹੈ ਪਾਕਿਸਤਾਨ ਦੇ ਵਿੱਚ, ਕਿਹੜੀ ਟੀਮ ਦੇ ਖੇਡਦੇ ਹੋ? ਭਾਜੀ ਕੋਚ ਹੁਣ ਭਾਈ ਸ਼ਬਾ ਧਾਰਾ ਹੋਣੇ ਤੇ ਇਹਨਾਂ ਨੇ ਟੀਮ ਜੁਆਇਨ ਕੀਤੀ ਅਸੀਂ ਤੇ ਮੇਰਾ ਸਾਥ ਮੇਰਾ ਭਾਜੀ ਲਾਲਾ ਜਾਫਰ ਕਮੋ